ਸਤਿ ਸ਼੍ਰੀ ਅਕਾਲ ਦੋਸਤੋ, ਆਈ ਹੋਪ ਕਿ ਠੀਕ ਠਾਕ ਹੋਵੋਗੇ। ਤੁਸੀਂ ਦੇਖ ਰਹੇ ਹੋ ਮੇਰਾ ਦੇਸੀ ਟੈਲੀਵਿਜ਼ਨ। ਦੋਸਤੋ, ਅੱਜ ਅਸੀਂ ਜਾ ਰਹੇ ਹਾਂ ਸਰਹੰਦ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ 'ਤੇ, ਅਤੇ ਆਪਾਂ ਤੁਰਨ ਲੱਗੇ ਹਾਂ ਘਰੋਂ। ਅਤੇ ਤੁਹਾਨੂੰ ਰਸਤੇ ਦੇ ਵਿੱਚ ਜੋ ਵੀ ਚੀਜ਼ਾਂ ਆਉਣਗੀਆਂ ਜਾਂ ਜੋ ਵੀ ਲੰਗਰ ਵਗੈਰਾ ਲੱਗੇ ਹੋਣਗੇ ਸਭ ਦਿਖਾਵਾਂਗੇ। ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਜਿਹੜੇ ਦਰਸ਼ਨ ਕਰਾਏ ਜਾਣਗੇ। ਚਲੋ ਆਪਾਂ ਚੱਲਦੇ ਹਾਂ ਸ਼ਹੀਦੀ ਜੋੜ ਮੇਲੇ 'ਤੇ ਫਤਿਹਗੜ੍ਹ ਸਰਹੰਦ ਸਾਹਿਬ, ਅਤੇ ਆਪਾਂ ਤੁਰਨ ਲੱਗੇ ਹਾਂ ਗੱਡੀ ਦੇ ਵਿੱਚ ਜਾ ਰਹੇ ਹਾਂ। ਦੋਸਤੋ, ਚੱਲੇ ਹਾਂ ਸਰਹੰਦ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ 'ਤੇ। ਤੁਸੀਂ ਦੇਖ ਸਕਦੇ ਹੋ ਬਾਹਰੇ ਬਹੁਤ ਧੁੰਦ ਪਈ ਹੋਈ ਆ, ਅਤੇ ਅਸੀਂ ਸਾਰੀ ਫੈਮਿਲੀ ਜਾ ਰਹੇ ਹਾਂ। ਨਾਕਸ਼ੀ ਅਗਮ ਬਾਬਾ ਅਗਮ ਵੀ ਜਾ ਰਿਹਾ ਸ਼ਹੀਦੀ ਜੋੜ ਮੇਲੇ 'ਤੇ, ਤੁਸੀਂ ਦੇਖ ਸਕਦੇ ਹੋ। ਅਤੇ ਬਹੁਤ ਇਤਿਹਾਸਿਕ ਮੇਲਾ ਹੁੰਦਾ ਇਹ, ਛੋਟੇ ਛੋਟੇ ਬੱਚਿਆਂ ਦਾ, ਜਿਹੜਾ ਕਿ ਆਹ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਨੀਹਾਂ ਦੇ ਵਿੱਚ ਚਿਣਿਆ ਗਿਆ ਸੀਗਾ, ਜਿਸ ਕਰਕੇ ਹਰੇਕ ਸਾਲ ਜਿਹੜਾ ਇਹ ਸ਼ਹੀਦੀ ਜੋੜ ਮੇਲਾ ਲੱਗਦਾ ਸਰਹੰਦ ਫਤਿਹਗੜ੍ਹ ਸਾਹਿਬ। ਅਤੇ ਦੇਖੋ, ਸਵੇਰ ਤੋਂ ਲੈ ਕੇ ਬਹੁਤ ਜ਼ਿਆਦਾ ਧੁੰਦ ਪੈਂਦੀ ਆ, ਪਰ ਇਹੀ ਦਿਨਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਠੰਡੇ ਬਿਰਦ ਦੇ ਵਿੱਚ ਰੱਖਿਆ ਗਿਆ ਸੀਗਾ, ਸੁਣ ਕੇ ਵੀ ਇਹ ਚੀਜ਼ਾਂ ਦੇਖ ਕੇ ਵੀ ਜਿਹੜਾ ਕੰਬਣੀ ਚੜ੍ਹਦੀ ਆ। ਅਤੇ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਸਲਾਮ, ਉਹਨਾਂ ਨੇ ਸਾਡੀ ਸਿੱਖੀ ਨੂੰ ਬਚਾਉਣ ਦੇ ਲਈ ਜਿਹੜਾ ਨਹੀਂ ਮੰਨੀ ਅਤੇ ਸ਼ਹੀਦ ਹੋ ਗਏ ਨੇ। ਅਤੇ ਉਹਨਾਂ ਦੀ ਜਿਹੜੀ ਇਹ ਹਰੇਕ ਸਾਲ ਜਿਹੜੀ ਇਹ ਸਲਾਨਾ ਜੋੜ ਮੇਲਾ ਲੱਗਦਾ ਗਾ, ਕਹਿੰਦੇ ਵੀ ਨਿੱਕੀਆਂ ਜਿੰਦਾ ਵੱਡੇ ਸੱਕ ਆ, ਜਿਹੜਾ ਉਹ ਗੱਲ ਆ ਗਈ। ਅਤੇ ਦੋਸਤੋ, ਜਾ ਰਿਹਾ ਤੁਹਾਨੂੰ ਅਸੀਂ ਦਿਖਾਉਂਦੇ, ਦੇਖੋ ਬਾਹਰ ਬਹੁਤ ਧੁੰਦ ਪਈ ਹੋਈ ਆ ਹਜੇ ਵੀ, ਅਤੇ 10-11 ਦਾ ਟਾਈਮ ਹੋ ਗਿਆ ਅਤੇ ਕਾਫੀ ਧੁੰਦ ਆ, ਬਾਹਰੇ ਦੂਰ ਤੱਕ ਪਈ ਹੋਈ ਆ, ਸੜਕਾਂ ਦੇ ਉੱਪਰ ਧੁੰਦ ਹੀ ਧੁੰਦ ਦਿਸ ਰਹੀ ਆ ਹਜੇ ਵੀ, ਦੇਖ ਸਕਦੇ ਹੋ ਤੁਸੀਂ। ਅਤੇ ਚੱਲਿਆ ਤੁਹਾਨੂੰ ਬਲੌਗ ਦੇ ਵਿੱਚ ਜਿਹੜਾ ਸਾਰਾ ਦਿਖਾਵਾਂਗੇ, ਬਲੌਗ ਦੇ ਅੰਤ ਤੱਕ ਸਾਡੇ ਨਾਲ ਜੁੜੇ ਰਹੇ ਹੋ। ਦੋਸਤੋ, ਥਾਂ ਥਾਂ ਦੇਖੋ ਲੰਗਰ ਲੱਗੇ ਪਏ ਨੇ ਫਤਿਹਗੜ੍ਹ ਸਰਹੰਦ ਦੇ ਲਈ। ਦੋਸਤੋ, ਦੇਖੋ ਥਾਂ ਥਾਂ ਲੰਗਰ ਲੱਗਿਆ, ਲੰਗਰ ਲੱਗਿਆ ਪਿਆ ਰਸਤੇ ਦੇ ਉੱਪਰ। ਜਦੋਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਹਾਂ ਤਾਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ, ਚਾਹ ਦੇ, ਪਕੌੜਿਆਂ ਦੇ, ਪ੍ਰਸ਼ਾਦੇ ਦੇ, ਬਿਸਕੁਟਾਂ ਦੇ ਲੰਗਰ ਲਾਏ ਹੋਏ ਨੇਗੇ। ਇਹ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਉਹਨਾਂ ਦੇ ਲਈ ਲੰਗਰ ਲਾ ਰਹੇ ਨੇ। ਦੇਖੋ, ਇਹ ਸਾਰੇ ਸਕੂਲ ਵਾਲੇ ਬੱਚੇ ਨੇ ਜਿਹਨਾਂ ਨੇ ਲੰਗਰ ਲਾਇਆ ਹੋਇਆ ਗਾ। ਨਾਲ ਅਸੀਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਐਂਟਰ ਕਰ ਚੁੱਕੇ ਹਾਂ, ਦੇਖ ਸਕਦੇ ਹੋ। ਬਸ ਉਹਨਾਂ ਨੇ ਲੋਗੋ ਬਣਾਇਆ ਸ੍ਰੀ ਫਤਿਹਗੜ੍ਹ ਸਾਹਿਬ ਦਾ, ਅਤੇ ਬਸ 2-4 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਸਾਹਿਬ, ਅਤੇ ਜਾ ਰਿਹਾ ਤੁਹਾਨੂੰ। ਫਤਿਹਗੜ੍ਹ ਸਾਹਿਬ ਤੇ ਬਹੁਤ ਹੀ ਜ਼ਿਆਦਾ ਇਕੱਠ ਹੈਗਾ, ਅਤੇ ਪਾਰਕਿੰਗ ਦੀ ਜਿਹੜੀ ਸਮੱਸਿਆ ਆਉਂਦੀ ਹੈਗੀ, ਕਿਉਂਕਿ ਕਾਫੀ ਜ਼ਿਆਦਾ ਇਕੱਠ ਹੋਣ ਕਰਕੇ ਪਾਰਕਿੰਗ ਵੀ ਥੋੜ੍ਹੀ ਰਹਿ ਜਾਂਦੀ ਆ ਅਤੇ ਆਹ ਦਿਨਾਂ ਦੇ ਵਿੱਚ ਆ ਕੇ। ਅਤੇ ਤੁਹਾਨੂੰ ਇਹ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖਣਾ ਹੋਊਗਾ। ਅਤੇ ਅੱਗੇ ਚੱਲਦੇ ਹਾਂ ਅੰਦਰ, ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਵਾਵਾਂਗੇ ਅਸੀਂ। ਲੰਗਰ ਲਾਏ ਨੇਗੇ ਆਲੇ ਦੁਆਲੇ, ਅਤੇ ਬਹੁਤ ਜ਼ਿਆਦਾ ਇਕੱਠ ਹੈਗਾ ਸੰਗਤਾਂ ਦੇ, ਬਹੁਤ ਵੱਡੀ ਗਿਣਤੀ ਦੇ ਸੰਗਤ ਪਹੁੰਚੀ ਹੋਈ ਹੈ ਇੱਥੇ। ਬਹੁਤ ਆ